ਪਰਿਵਾਰ 'ਚ ਜਿਹੜੀ ਪਾਰਟੀਸ਼ਨ ਹੋਈ ਸੀ ਇਹ 2014 'ਚ ਹੋਈ ਸੀ ਆਰਬੀਟ੍ਰੇਸ਼ਨ ਅਵਾਰਡ ਤੋਂ, ਔਰ ਆਰਬੀਟ੍ਰੇਸ਼ਨ ਅਵਾਰਡ ਬਕਾਇਦਾ ਲਿਖਿਆ ਔਰ ਉਹਨੂੰ ਕਿਸੇ ਨੇ ਚੈਲੇਂਜ ਨਹੀਂ ਕੀਤਾ, ਔਰ ਦੋਨੋਂ ਪਾਰਟੀਆਂ ਹੀ ਕੋਰਟ 'ਚ ਕਹਿ ਚੁੱਕੀਆਂ ਕਿ ਜੋ ਆਰਬੀਟ੍ਰੇਸ਼ਨ ਅਵਾਰਡ 'ਚ ਲਿਖਿਆ ਗਿਆ ਉਹ ਸਭ ਨੂੰ ਮਨਜ਼ੂਰ ਹੈਗਾ। ਆਰਬੀਟ੍ਰੇਸ਼ਨ ਅਵਾਰਡ ਦੇ ਮੁਤਾਬਕ ਜਿਹੜੀ ਸਾਡੀ ਉਹ ਫੈਕਟਰੀ ਹੈ ਫੋਕਲ ਪੁਆਇੰਟ 'ਤੇ, ਉਹਦੇ ਦੋ ਹਿੱਸੇ ਹੋਏ, ਇੱਕ ਹਿੱਸਾ ਇੰਦਰ ਸੇਖੜੀ ਨੂੰ ਚਲਾ ਗਿਆ, ਇੱਕ ਹਿੱਸਾ ਅਭਿਨਵ ਸੇਖੜੀ ਮੇਰੇ ਲੜਕੇ ਨੂੰ ਸਾਡੇ ਪਰਿਵਾਰ ਨੂੰ ਮਿਲ ਗਿਆ। ਉਹ ਜਿਹੜਾ ਹਿੱਸਾ ਸਾਨੂੰ ਮਿਲਿਆ ਕਰੀਬ 12,000 ਗਜ਼ ਜ਼ਮੀਨ ਹੈ, ਉੱਥੇ ਅਮੁਲ ਦਾ ਪਲਾਂਟ ਅਭਿਨਵ ਦਾ ਆਲਰੇਡੀ ਚੱਲਦਾ ਪਿਆ। ਹੁਣ ਉਸ ਪਲਾਂਟ ਦੇ ਉੱਤੇ ਹੁਣ ਉਹ ਫੈਕਟਰੀ ਨਵੀਂ ਲਗਾ ਰਿਹਾ, ਉਹ ਉਸ ਫੈਕਟਰੀ ਨੂੰ ਚੀਫ ਮਿਨਿਸਟਰ ਸਾਹਿਬ ਕਹਿੰਦੇ ਨੇ ਕਿ ਨਵੀਂ ਇਨਵੈਸਟਮੈਂਟ ਆਏ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ 20-22,000 ਕਿਸਾਨਾਂ ਨੂੰ ਹੋਰ ਕੰਮ ਮਿਲੇਗਾ, ਅਤੇ ਉਹ ਫੈਕਟਰੀ ਨਵੀਂ ਉੱਥੇ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵ ਕਰਾ ਕੇ ਪੰਜਾਬ ਸਰਕਾਰ ਤੋਂ ਅਪਰੂਵ ਕਰਕੇ ਲੱਗ ਰਹੀ। ਹੁਣ ਇਹ 2014 ਨੂੰ ਹੁਣ ਦੇਖ ਲਓ 10-10 ਸਾਲ ਹੋ ਗਏ, ਹੁਣ ਆ ਕੇ ਇੰਦਰ ਬਹੁ ਜਿਹੜਾ ਵਾ ਉਹ ਕਹਿੰਦਾ ਮੈਂ ਫੈਕਟਰੀ ਲੱਗਣ ਨਹੀਂ ਦੇਣੀ। ਹੁਣ ਜਿਹੜੀ ਜ਼ਮੀਨ ਆਪੇ ਇੰਦਰ ਸੇਖੜੀ ਨੇ ਲੀਜ਼ 'ਤੇ ਦਿੱਤੀ 33 ਸਾਲ 'ਤੇ, ਫਿਰ ਆਪ ਹੀ ਉਹਨੂੰ ਰੈਜੂਲੇਸ਼ਨ ਕਰਕੇ ਪੰਜਾਬ ਸਰਕਾਰ ਕੋਲੋਂ, ਇਹ ਦੇਖੋ ਨਾ ਆਹ ਲੀਜ਼ 'ਤੇ ਜਿਹੜੀ ਦਿੱਤੀ ਹੈ, ਇਹ ਕਾਗਜ਼ ਨੇ, ਇਹ ਲੀਜ਼ ਦੇ ਕਾਗਜ਼ ਨੇ ਜਿਹੜੇ ਕਿ ਉਹਨੇ ਇੰਦਰ ਦੀ ਫੋਟੋ ਲੱਗੀ ਹੈ, ਆਪ ਜਾ ਕੇ ਲੀਜ਼ ਕਰਕੇ ਆਇਆ ਰਜਿਸਟਰਡ ਲੀਜ਼ ਤਹਿਸੀਲਦਾਰ 'ਤੇ, ਉਹ ਫਿਰ ਆਪ ਹੀ ਰੈਜੂਲੇਸ਼ਨ ਦੇਖ ਕੇ ਗਵਰਨਮੈਂਟ ਆਫ ਪੰਜਾਬ ਤੋਂ ਇਹਦਾ ਅਲੋਟਮੈਂਟ ਹੋਇਆ ਔਰ ਇਹਦੀ ਰਜਿਸਟਰੀ ਹੋਈ ਜਿਹਨੂੰ ਕਹਿੰਦੇ ਫਰੀ ਹੋਲਡ। ਉਹ ਫਰੀ ਹੋਲਡ ਰਜਿਸਟਰੀ ਜਿਹੜੀ ਹੈ ਪੰਜਾਬ ਸਰਕਾਰ ਨੇ PSIC ਨੇ ਉਹ ਕੀਤੀ ਹੈ ਫਰੀ ਹੋਲਡ ਲੈਂਡ। ਜਿਹੜੀ ਜ਼ਮੀਨ ਇਹਨਾਂ ਕੋਲ ਅਭਿਨਵ ਕੋਲ ਸਾਡੇ ਪਰਿਵਾਰ ਕੋਲ, ਖੁਦ ਹੀ ਉਹਨਾਂ ਲੀਜ਼ 'ਤੇ ਦਿੱਤੀ ਔਰ ਖੁਦ ਹੀ ਪੰਜਾਬ ਸਰਕਾਰ ਵੱਲੋਂ ਫਰੀ ਹੋਲਡ ਵੀ ਹੋ ਗਈ, ਉਹ ਪੁਜੈਸ਼ਨ ਵੀ ਇਹਦਾ ਉਹਦੇ ਕੋਲ ਹੈਗਾ ਪਿਛਲੇ 20 ਸਾਲ ਦਾ। ਹੁਣ ਉੱਥੇ ਫੈਕਟਰੀ ਨਹੀਂ ਲਾਉਣਾ ਧੱਕਾ, ਔਰ ਉੱਥੇ ਆ ਕੇ ਇਹਨਾਂ ਪਹਿਲਾਂ ਸਭ ਤੋਂ ਸਾਡੇ ਕੀ ਨਾਮ ਜਿਹੜਾ ਜਨਰਲ ਮੈਨੇਜਰ ਹੈ ਉੱਥੇ ਫੈਕਟਰੀ 'ਤੇ 10-15 ਦਿਨ ਤੋਂ ਪਹਿਲਾਂ ਲੱਗਦੀ ਪਈ ਹੈ, ਉਦੋਂ ਤਾਂ ਕਿਸੇ ਓਬਜੈਕਟ ਹੀ ਕੀਤਾ, ਜਦੋਂ ਨੀਹਾਂ ਨੂਹਾਂ ਭਰ ਗਈਆਂ ਸਾਡੇ ਜਿਹੜੇ ਉੱਥੇ ਸ਼ਾਮ ਲਾਲ ਨੇ ਜਨਰਲ ਮੈਨੇਜਰ, ਉਹਨੂੰ ਆ ਕੇ ਥੱਪੜ ਮਾਰੇ ਇੰਦਰ ਨੇ ਔਰ ਉਹਨੂੰ ਗਾਲਾਂ ਕੱਢੀਆਂ ਕਿ ਦੌੜ ਜਾਓ ਇੱਥੋਂ ਸਾਡੇ, ਮੈਂ ਕੰਮ ਨਹੀਂ ਕਰਨ ਦੇਣਾ, ਗਾਲਾਂ ਕੱਢੀਆਂ ਉਹਨੇ, ਉਹ ਵੀਡੀਓ ਰਿਕਾਰਡਿੰਗ ਹੈਗੀ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਗਏ ਹਾਂ ਮੈਂ ਔਰ ਅਭਿਨਵ, ਅਤੇ ਫਿਰ ਸਾਨੂੰ ਵੀ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਗਾਲਾਂ ਕੱਢੀਆਂ, ਬਹੁਤ ਬਦਤਮੀਜ਼ੀ ਨਾਲ ਜਿੰਨਾ ਕੁ ਬੋਲ ਸਕਦਾ ਸੀ ਬੋਲਿਆ। ਫਿਰ ਜਦੋਂ ਮੇਰੇ 'ਤੇ ਉਹਨੇ ਹੱਥ ਚੱਕਿਆ ਕਿ ਤੂੰ ਇਹ ਜ਼ਮੀਨ 'ਤੇ ਨਹੀਂ ਕਰਨ ਦੇਣਾ ਕੰਮ, ਅਤੇ ਫਿਰ ਉਸ ਤੋਂ ਬਾਅਦ ਅਭਿਨਵ ਨੇ ਵੀ ਉਹਨੂੰ ਰੋਕਿਆ, ਫਿਰ ਸਾਡੇ ਸਿਕਿਉਰਿਟੀ ਵਾਲਿਆਂ ਨੇ ਵਿੱਚ ਪਾ ਕੇ ਉਹਨੂੰ ਆਪਣੇ ਵੱਲ ਭੇਜਦਾ, ਅਸੀਂ ਆਪਣੇ ਵੱਲ ਚਲੇ ਗਏ। ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਦੋਨਾਂ ਵੱਲੋਂ, ਪੁਲਿਸ ਨੇ ਅਗਲੇ ਦਿਨ DSP City, SHO ਅਤੇ ਤਹਿਸੀਲਦਾਰ, ਇਹ SSP ਸਾਹਿਬ ਨੇ ਡਿਊਟੀ ਲਾਈ, ਸਾਰੇ ਅਫਸਰ ਆਏ, ਉਹਨਾਂ ਨੇ ਪੇਪਰ ਦੇਖੇ, ਪੇਪਰ ਦੇਖਣ ਤੋਂ ਬਾਅਦ ਤਹਿਸੀਲਦਾਰ ਨੇ ਕਿਹਾ ਕਿ ਸਾਰੇ ਵੈਲਿਡ ਪੇਪਰ ਨੇ, ਕਹਿੰਦੇ ਜੀ ਇਹਦਾ ਤੁਹਾਡਾ ਕੁਛ ਨਹੀਂ ਬਣਦਾ, ਤੁਸੀਂ ਆਪਣਾ ਜੇ ਕੋਰਟ 'ਚ ਕੋਈ ਆਰਡਰ ਹੈਗਾ ਤਾਂ ਲੈ ਆਓ, ਅਤੇ ਇਹ ਜ਼ਮੀਨ 'ਤੇ ਫੈਕਟਰੀ ਲੱਗਣੀ ਚਾਹੀਦੀ ਹੈ। ਉਹਨਾਂ ਤਸੱਲੀ ਕਰ ਲਈ ਸਾਰੀ, ਉਹ ਸਾਨੂੰ ਕਿਹਾ ਫੈਕਟਰੀ ਸ਼ੁਰੂ ਕਰੋ, ਫੈਕਟਰੀ ਸ਼ੁਰੂ ਹੋ ਗਈ। ਅਗਲੇ ਦਿਨ ਜਾ ਕੇ ਇੰਦਰ ਨੇ ਫਿਰ ਉੱਥੇ ਗਾਲਾਂ ਕੱਢੀ ਔਰ ਕੰਮ ਵੱਟਾ ਮਾਰ ਕੇ ਇੱਟਾਂ ਰੋਡੇ ਮਾਰ ਕੇ ਦੌੜਾ ਤੇ ਬੰਦੇ, ਲੇਬਰ ਦੌੜ ਗਈ। ਉਸ ਤੋਂ ਬਾਅਦ ਅਸੀਂ SSP ਨੂੰ ਮਿਲੇ, ਉਹਨਾਂ ਨੂੰ ਐਕਸਪਲੇਨ ਕੀਤਾ, ਉਹਨਾਂ ਨੇ ਦੋ ਇਨਕੁਆਇਰੀਆਂ ਕਰਾਈਆਂ, ਇੱਕ SP ਸਾਹਿਬ ਗਿੱਲ ਸਾਹਿਬ ਨੇ, ਉਹਨਾਂ ਨੇ ਪੂਰੀ ਗੱਲ ਸੁਣੀ ਦੋਨਾਂ ਪਾਰਟੀਆਂ ਦੀ, ਫਿਰ ਉਹਨਾਂ ਨੇ ਲੀਗਲ ਓਪੀਨੀਅਨ ਲਿੱਤਾ। ਇਹ ਲੀਗਲ ਓਪੀਨੀਅਨ ਵੀ ਆਇਆ ਕਿ ਸੇਖੜੀ ਵੇਲੇ ਪ੍ਰੋਡਕਟ ਜਿਹੜਾ ਲੱਗਦਾ ਪਿਆ ਇਹਦਾ 'ਚ ਕੋਈ ਲੈਣਾ ਦੇਣਾ ਨਹੀਂ, ਇਹ ਫੈਕਟਰੀ ਵੱਖਰੀ ਹੈ, ਵੱਖਰੀ ਜ਼ਮੀਨ 'ਤੇ ਲੱਗ ਰਹੀ ਹੈ, ਇਹ ਤਾਂ ਇੰਦਰ ਸੇਖੜੀ ਦਾ ਕੋਈ ਲੈਣਾ ਦੇਣਾ ਨਹੀਂ, ਉਹਨੂੰ ਲੱਗਣਾ ਚਾਹੀਦਾ। ਫਿਰ ਉਸ ਤੋਂ ਬਾਅਦ ਫਿਰ SSP ਨੂੰ ਮਿਲੇ, SSP ਨੇ ਫਿਰ ਕਿਹਾ ਕਿ ਨਹੀਂ ਆਪਣਾ, ਅਸੀਂ ਤਾਂ ਕਿਹਾ ਵੀ ਅਸੀਂ ਝਗੜਾ ਨਹੀਂ ਕਰਨਾ ਚਾਹੁੰਦੇ ਕਿ ਕਿਸੇ ਨੂੰ ਸੱਟ ਲੱਗੇ, ਕਿ ਭਰਾ ਭਰਾ ਲੜ ਕੇ ਇੱਕ ਦਿਨ ਅੰਦਰ ਜਾਊਗਾ ਇੱਕ ਦਿਨ ਸੱਟ ਮਾਰੇਗਾ, ਫਾਇਦਾ ਕੀ ਹੈ, ਸਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਏ,
ਤਾਂ ਕਿ ਜਿਹੜੀ ਫੈਕਟਰੀ ਹੈ ਇੰਡਸਟਰੀ ਲੱਗਣੀ ਚਾਹੀਦੀ ਹੈ ਜਿਸ 'ਤੇ ਹਜ਼ਾਰਾਂ ਬੰਦਿਆਂ ਨੂੰ ਕੰਮ ਮਿਲਣਾ, ਔਰ 20-22 ਹਜ਼ਾਰ ਬੰਦਿਆਂ ਨੂੰ ਕਿਸਾਨਾਂ ਨੂੰ ਰੁਜ਼ਗਾਰ ਮਿਲਣਾ। ਅਤੇ ਉਹ ਕਹਿੰਦੇ ਨੇ ਜੀ, ਮੈਂ ਇੱਕ ਵਾਰੀ ਸੀਨੀਅਰ ਅਫਸਰ ਕੋਈ ਰਵਿੰਦਰ ਸਿੰਘ DSP ਨੇ ਉਹਨੇ ਡਿਊਟੀ ਲਾਈ, ਉਹ 3-4 ਦਿਨ ਦੇ ਅਸੀਂ ਉਹਨਾਂ ਕੋਲ ਆਪਣਾ ਕੇਸ ਦੇ ਰਹੇ ਹਾਂ, ਔਰ ਉਹਨੇ ਵੀ ਸਾਰਾ ਕਰਕੇ ਦੇਖਿਆ ਪੇਪਰ, ਉਹ ਕਹਿੰਦੇ ਨਹੀਂ ਸ਼ੇਖੀ ਸਾਹਿਬ ਇਹ 'ਚ ਕੋਈ ਦੋ ਰਾਏ ਨਹੀਂ ਹੈ, ਇਹ ਜ਼ਮੀਨ ਤੁਹਾਡੀ ਹੈ, ਤੁਹਾਡੇ ਕੋਲ ਲੀਜ਼ 'ਤੇ ਵੀ ਹੈ, ਔਰ ਤੁਹਾਡੇ ਕੋਲ ਫਰੀ ਹੋਲਡ ਵੀ ਹੈ, ਔਰ ਇਹਦੀ ਜਿਹੜੀ ਮਿਊਟੇਸ਼ਨ ਹੈ ਉਹ ਪਲੋਟ ਨੰਬਰ ਹੁੰਦਾ, ਮਿਊਟੇਸ਼ਨ ਜਿਹਨੂੰ ਕਹਿੰਦੇ ਇੰਤਕਾਲ ਪਲੋਟ ਨੰਬਰ, ਉਹ ਪਲੋਟ ਨੰਬਰ 27A ਹੈ ਜਿਹੜਾ ਕਿ ਸਰਕਾਰ ਦੇ ਰਿਕਾਰਡ 'ਚ ਉਹਦੀ ਰਜਿਸਟਰੀ ਹੋਈ ਹੈ। ਦੇਖੋ 27A ਦੀ ਰਜਿਸਟਰੀ ਹੋਈ ਹੈ, ਤੁਸੀਂ ਦੇਖ ਸਕਦਾ ਕੋਈ ਵੀ ਬੰਦਾ, ਇਹ 27A ਦੀ ਰਜਿਸਟਰੀ ਸੇਕਰੀ ਮਿਲਕ ਪ੍ਰੋਡਕਟ ਦੇ ਨਾਂ 'ਤੇ ਹੈ, ਔਰ ਉਹ ਵੀ ਫੈਕਟਰੀ ਲਗਾ ਰਹੇ। ਵੈਸੇ ਮੈਂ ਪਰਿਵਾਰ ਦੇ ਮਸਲੇ 'ਚ ਮੈਂ TV 'ਤੇ ਨਹੀਂ ਸੀ ਆਉਣਾ ਚਾਹੁੰਦਾ, ਪਰ ਮੈਂ ਪਿਛਲੇ ਕਈ ਦਿਨਾਂ ਦੀ ਕੋਸ਼ਿਸ਼ ਕਰ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਕੰਟੈਕਟ ਕਰਨ ਦੀ, ਚੰਡੀਗੜ੍ਹ ਮੈਂ ਜਾ ਕੇ ਅਫਸਰਾਂ ਨੂੰ ਮਿਲ ਕੇ ਆਇਆ ਇੰਡਸਟਰੀ ਡਿਪਾਰਟਮੈਂਟ ਦੇ, ਕਿ ਇੰਨਾ ਵੱਡਾ ਰੌਲਾ ਅਸੀਂ ਪਾ ਰਹੇ ਹਾਂ ਵੱਖਰੇ ਵੱਖਰੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ, ਬੰਬੇ ਜਾ ਕੇ, ਦਿੱਲੀ ਜਾ ਕੇ, ਇੱਥੇ ਇਨਵੈਸਟਮੈਂਟ ਮੀਟ ਕਰ ਰਹੇ ਹਾਂ ਕਿ ਆਓ ਜੀ ਫੈਕਟਰੀਆਂ ਲਾਓ, ਫੈਕਟਰੀਆਂ ਲਾਓ। ਸਾਡੇ ਜ਼ਿਲ੍ਹੇ 'ਚ ਤਾਂ ਕੋਈ ਆਇਆ ਨਹੀਂ, ਨਾ ਅੰਮ੍ਰਿਤਸਰ ਮੈਂ ਕੋਈ ਦੇਖਿਆ। ਅਤੇ ਜੇ ਸਾਡਾ ਲੜਕਾ ਇੱਕ ਫੈਕਟਰੀ ਲਗਾਉਣਾ ਚਾਹੁੰਦਾ ਜਿਹਦੇ ਨਾਲ ਕਿ 40-50 ਹਜ਼ਾਰ ਲੋਕਾਂ ਦਾ ਫਾਇਦਾ ਹੋਣਾ, ਅਤੇ ਉਹਨੂੰ ਕੋਈ ਇੱਕ ਪੈਸੇ ਦੀ ਸਪੋਰਟ ਨਹੀਂ। ਜੇ ਫੈਕਟਰੀ ਆਪਣੇ ਪੈਸੇ ਲਾ ਕੇ ਲਗਾ ਰਿਹਾ, ਆਪਣਾ ਕੰਮ ਕਰ ਰਿਹਾ, ਆਪਣੀ ਜ਼ਮੀਨ 'ਤੇ ਕਰ ਰਿਹਾ, ਅਤੇ ਗੁੰਡੇ ਆ ਕੇ ਉਹਨੂੰ ਗਾਲਾਂ ਕੱਢਦੇ ਨੇ, ਉਹ ਕਹਿੰਦੇ ਫੈਕਟਰੀ ਲੱਗਣ ਦੇਣੀ, ਅਤੇ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕੁਛ ਕਰਦੀ ਨਹੀਂ ਪਈ। ਸੋ ਇਹ ਬੜਾ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਲੱਗੇ ਕਿ ਨਾ ਲੱਗੇ। ਤੁਸੀਂ ਕੁਐਸਚਨ ਇਹ, ਡਾਕਟਰ ਆਪਣਾ ਇਲਾਜ ਆਪ ਨਹੀਂ ਕਰ ਸਕਦਾ, ਕਿਉਂਕਿ ਮੈਂ ਇੱਕ ਪਾਰਟੀ ਹਾਂ, ਮੈਂ ਤਾਂ ਇਹ ਕਹਿੰਦਾ ਜੋ ਕਾਨੂੰਨ 'ਚ ਫੈਸਲਾ ਹੋਇਆ ਉਹ ਹੋਣਾ ਚਾਹੀਦਾ। ਜੋ ਕੁਛ ਵੀ ਆਰਬਿਟ੍ਰੇਸ਼ਨ ਅਵਾਰਡ 'ਚ ਲਿਖਿਆ ਗਿਆ, ਜਿਹੜਾ ਕਿ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਮੰਨਿਆ ਜਾਂਦਾ, ਜਦੋਂ ਆਰਬਿਟ੍ਰੇਸ਼ਨ ਅਵਾਰਡ ਨੂੰ ਕੋਈ ਚੈਲੇਂਜ ਨਾ ਕਰੇ, ਇਟ ਇਜ਼ ਅ ਫਾਈਨਲ ਲਾਅ, ਉਹ ਆਰਬਿਟ੍ਰੇਸ਼ਨ ਅਵਾਰਡ ਇੰਪਲੀਮੈਂਟ ਹੋਣਾ ਚਾਹੀਦਾ। ਔਰ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿ ਰਹੇ ਹਾਂ ਕਿ ਭਾਈ ਇਹਨੂੰ ਇੰਪਲੀਮੈਂਟ ਕਰੋ, ਇਹ ਦੇਖੋ ਫੈਕਟਰੀ ਲੱਗਣ ਦਿਓ। ਸੋ ਵੱਡਾ ਸਵਾਲ ਇਹ ਆ ਕਿ ਪੰਜਾਬ 'ਚ ਅਗਰ ਬੇਰੁਜ਼ਗਾਰੀ ਦੂਰ ਕਰਨੀ ਹੈ ਤਾਂ ਇੰਡਸਟਰੀ ਲਿਆਉਣਾ ਪਏਗਾ, ਪੰਜਾਬ ਦੀ ਆਰਥਿਕ ਹਾਲਾਤ ਅਗਰ ਠੀਕ ਕਰਨੀ ਆ ਤਾਂ ਫਿਰ ਵਪਾਰ ਔਰ ਇੰਡਸਟਰੀ ਲਿਆਉਣੀ ਪਏਗੀ। ਅਤੇ ਜੇ ਕੋਈ ਬੰਦਾ ਇੱਥੇ ਇੰਡਸਟਰੀ ਲਗਾਉਣਾ ਚਾਹੁੰਦਾ ਹੈ ਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਕਾਹਦੀ ਸਪੋਰਟ ਆ, ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਆਪਸ 'ਚ ਲੜ ਮਾਰੋ। ਤੁਸੀਂ ਦੇਖੋ ਸਾਰਾ ਕੁਛ ਹੈਗਾ ਵਾ, ਵੀਡੀਓ ਜਦੋਂ ਮੇਰੇ 'ਤੇ ਆ ਚੁੱਕਿਆ, ਗਾਲਾਂ ਕੱਢੀਆਂ, ਆਇਆ ਸਾਡੇ ਏਰੀਏ ਦੇ ਵਿੱਚ ਵੀਡੀਓ ਨਾ, ਮੇਰੇ ਘਰ 'ਚ ਆ ਕੇ ਬੰਦਾ, ਮੈਂ ਆ ਕੇ ਉਹਨੂੰ ਥੱਪੜ ਕਿਉਂ ਪੈ ਰਹੇ ਨੇ ਕਿ ਆ ਕੇ ਮੇਰੇ ਗੱਲ ਪਿਆ, ਤਦ ਹੀ ਮੁੰਡਾ ਚੁੱਕਦਾ। ਤੁਸੀਂ ਮੈਨੂੰ ਤਾਂ ਅਭਿਨਾ ਨੂੰ ਸਾਰੇ ਬਚਪਨ ਤੋਂ ਜਾਣਦੇ ਹੋ, ਅਸੀਂ ਕਿਸੇ ਨੂੰ ਕਦੀ ਕੁਛ ਕਿਹਾ ਜ਼ਿੰਦਗੀ? ਹੁਣ ਜੇ ਮੇਰੇ ਘਰ ਹੀ ਆ ਕੇ ਮੇਰੇ ਗੱਲ ਪੈ ਜਾਏਗਾ ਉਹ ਬੰਦਾ, ਤਾਂ ਫਿਰ ਕੀ ਕਰਾਂਗੇ ਅਸੀਂ? ਹੁਣ ਇਹ ਮਸਲਾ ਸੋਲਵ ਆਊਟ ਹੋ ਗਿਆ? ਇਹ ਮਸਲਾ ਤਾਂ ਦੇਖੋ ਮੇਰਾ ਤਾਂ ਕੋਈ ਝਗੜਾ ਹੀ ਨਹੀਂ ਹੈਗਾ, ਮੈਂ ਸਿਰਫ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਰਿਹਾ ਕਿ ਤੁਸੀਂ ਦੱਸੋ ਬਈ ਪੰਜਾਬ 'ਚ ਇੰਡਸਟਰੀ ਲਿਆਉਣੀ ਹੈ ਕਿ ਨਹੀਂ ਲਿਆਉਣੀ। ਆਪਣੀ ਜ਼ਮੀਨ ਦੇ ਉੱਤੇ ਅਗਰ ਅਸੀਂ ਆਪ ਆਪਣਾ ਕੰਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰੋਟੈਕਸ਼ਨ ਕੀ ਹੈਗੀ ਹੈ? ਬੰਬੇ ਤਾਂ ਹੁੰਦਾ ਕਿ ਉੱਥੇ ਕੋਈ ਬਾਹਰੋਂ ਬੰਦਾ ਜਾਵੇ ਨਾ ਫੈਕਟਰੀ ਲਾਉਣ, ਅਤੇ ਕਹਿੰਦੇ ਪਹਿਲਾਂ ਇੰਨਾ ਤੁਸੀਂ ਉਹ ਆ ਕੇ ਹਫ਼ਤਾ ਲੈ ਲੈਂਦੇ ਨੇ, ਉਹ ਪੰਜਾਬ 'ਚ ਵੀ ਸ਼ੁਰੂ ਹੋ ਗਿਆ। ਉਹ ਵੀ ਤਾਂ ਕਹਿੰਦਾ ਕਿ ਪੈਸੇ ਦੇ ਦਿਉ ਮੈਨੂੰ, ਮੈਂ ਕਿਸ ਚੀਜ਼ ਦੇ ਪੈਸੇ? ਦੇਖੋ ਕੁਐਸਚਨ ਇਹ ਹੈ ਕਿ ਜਦ ਮੇਰਾ ਸਾਰਾ ਫੈਸਲਾ ਹੋ ਗਿਆ, ਹਰ ਚੀਜ਼ ਲੀਗਲੀ ਓਕੇ ਆ, ਔਰ ਲੀਗਲ ਓਪੀਨੀਅਨ ਆ ਗਿਆ, 6 ਅਫਸਰਾਂ ਨੇ ਇਨਕੁਆਇਰੀ ਕਰ ਲਈ, ਫਿਰ ਵੀ ਇਹ ਵੀਡੀਓ ਹੈ ਕਦੋਂ ਤੁਸੀਂ? ਪਤਾ ਨਹੀਂ, 2-3 ਤਰੀਕ ਦੀ ਗੱਲ ਹੈਗੀ ਹੈ। ਸਿੱਧੀ ਸਾਹਿਬ ਦੇਖੋ, ਸਿਆਸੀ ਲੀਡਰ ਆ ਕੇ ਆਪਣੇ ਦਫ਼ਤਰ 'ਚ ਬੈਠਾ ਕੰਮ ਕਰ ਰਿਹਾ, ਜੇ ਸਿਆਸੀ ਲੀਡਰ ਜਾ ਕੇ ਕਿਸੇ ਘਰ 'ਚ ਗਾਲੀ ਗਲੋਚ ਕਰੇਗਾ, ਪੱਥਰ ਮਾਰੇਗਾ, ਉਹਨੂੰ ਕੀ ਕਹੋਗੇ ਤੁਸੀਂ? ਕੀ ਕਹੋਗੇ ਦੱਸੋ? ਤੁਹਾਡੇ ਘਰ 'ਚ ਕੋਈ ਬੰਦਾ ਆ ਜਾਵੇ, ਕੋਈ ਪੋਲੀਟੀਕਲ ਬੰਦਾ ਆ ਜਾਵੇ, ਆ ਕੇ ਤੁਹਾਨੂੰ, ਤੁਹਾਡੇ ਵਾਈਫ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਇੰਪਲਾਈ ਨੂੰ ਥੱਪੜ ਮਾਰੇ, ਪੱਥਰ ਮਾਰੇ, ਫਿਰ ਤੁਸੀਂ ਉਹਨੂੰ ਕੀ ਕਹੋਗੇ? ਆਪਾਂ ਗੱਲ ਜੈਨੂਅਲ ਕਰੀਏ। ਦੇਖੋ ਮੈਂ
ਇਹ ਨਹੀਂ ਗਾ ਕਿ ਸਾਡੀ ਫੈਕਟਰੀ, ਮੈਂ ਤਾਂ ਇੱਕ ਜਨਰਲ ਜਵਾਬ, ਮੈਂ ਟੀ ਵੀ 'ਤੇ ਵੀ ਇਸ ਲਈ ਆ ਰਿਹਾ ਕਿ ਬਹੁਤ ਵੱਡਾ ਸਵਾਲ ਹੈ ਕਿ ਗਵਰਨਮੈਂਟ ਰੌਲਾ ਪਾ ਰਹੀ ਹੈ ਕਿ ਫੈਕਟਰੀਆਂ ਲਗਾਓ, ਫੈਕਟਰੀਆਂ ਲਗਾਓ, ਪਰ ਵੇਅਰ ਇਜ਼ ਦਾ ਡਿਲੀਵਰੀ? ਮੈਂ ਖੁਦ ਕੋਸ਼ਿਸ਼ ਕਰਦਾ ਪਿਆ ਕਿ ਮੁੱਖ ਮੰਤਰੀ ਸਾਹਿਬ ਦੇ ਨੋਟਿਸ 'ਚ ਲਿਆਵਾਂ, ਹੁਣ ਸ਼ਾਇਦ ਤੁਹਾਡੇ ਟੀ ਵੀ ਦੇ ਚੈਨਲ ਦੇ ਥਰੂ ਉਹਨਾਂ ਨੂੰ ਨੋਟਿਸ 'ਚ ਆਵੇ। ਸਾਡਾ ਡਿਸਪਿਊਟ ਤਾਂ ਸੈਟਲ ਹੋ ਗਿਆ ਬੇਟਾ ਜੀ, ਆਹ ਆਰਬੀਟੇਸ਼ਨ ਅਵਾਰਡ ਦਾ ਫੈਸਲੇ ਹੋ ਗਏ ਸਾਰੇ। ਜਦ ਫੈਸਲਾ, ਜਦੋਂ ਆਰਬੀਟੇਸ਼ਨ ਅਵਾਰਡ ਹੋਇਆ, ਉਹਦੇ ਸਾਰੇ ਫੈਸਲੇ ਹੋਏ। ਮੇਰੇ ਮਾਮਾ ਦਾ ਇੱਕ ਹਿੱਸਾ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਸਾਡੇ ਪਰਿਵਾਰ ਦੀ ਗੱਲ, ਜੋ ਮਾਮਾ ਦੇ ਹਿੱਸੇ ਦੇ ਵਿੱਚ ਇੰਦਰ ਨੇ ਦੇਣਾ ਸੀ, ਪੈਸੇ ਨਹੀਂ ਦੇ ਰਿਹਾ ਮਾਮਾ ਨੂੰ, ਮਦਰ ਬਜ਼ੁਰਗ। ਸੋ ਮਤਲਬ ਇਹ ਹੈ ਕਿ ਚਲੋ ਇਹ ਗੱਲਾਂ ਪਰਿਵਾਰਿਕ ਨੇ, ਪਰ ਟੀ ਵੀ 'ਤੇ ਆਉਣ ਦਾ ਮਤਲਬ ਇਹੀ ਹੈ, ਤੁਸੀਂ ਮੈਨੂੰ ਸਾਰਿਆਂ ਨੇ ਸੁਣਨਾ ਸੀ, ਤਾਂ ਇਹੀ ਹੈ ਕਿ ਕੋਈ ਬੰਦਾ ਵੀ ਅਗਰ ਇੰਡਸਟਰੀ ਪੰਜਾਬ 'ਚ ਲਾਉਣਾ ਚਾਹੇ ਤਾਂ ਸਰਕਾਰ ਦੀ ਡਿਊਟੀ ਹੈ ਉਹਨੂੰ ਪ੍ਰੋਟੈਕਟ ਕਰੇ, ਉਹਦੇ ਮਾਲ ਦੀ ਰੱਖਿਆ ਕਰੇ, ਉਹਦੀ ਜਾਨ ਦੀ ਰੱਖਿਆ ਕਰੇ। ਇਹ ਨਹੀਂ ਕਿ ਅਸੀਂ ਆਪਸ 'ਚ ਲੜ ਮਰੀਏ ਅਤੇ ਫਿਰ ਫਿਰ ਫੈਰਾਂਗੇ, ਫਿਰ ਤਾਂ ਇੰਡਸਟਰੀ ਕਿੱਥੇ ਲੱਗਣੀ।